ਅਜੇ ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ, ਪਰ ਹੁਣ ਲਗਾ ਲਿਆ ਇਸ ਲੜਕੀ ਨੇ ਗਲ ਫਾਹਾ। ਇਸ ਵਿਆਹਤਾ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪਤੀ 'ਤੇ ਨਜਾਇਜ਼ ਸੰਬੰਧਾਂ ਦੇ ਚੱਲਦੇ ਫਾਹਾ ਲਗਾ ਕੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਵੱਲੋਂ ਅਕਸਰ ਹੀ ਆਪਣੇ ਪਤੀ ਦੇ ਨਜਾਇਜ਼ ਸੰਬੰਧਾਂ ਦਾ ਵਿਰੋਧ ਕੀਤਾ ਜਾਂਦਾ ਸੀ, ਜਿਸ ਕਾਰਨ ਅਕਸਰ ਹੀ ਉਸਦਾ ਪਤੀ ਉਹਨਾਂ ਦੀ ਬੇਟੀ ਨਾਲ ਕੁੱਟਮਾਰ ਵੀ ਕਰਦਾ ਸੀ, ਜਿਸ ਕਾਰਨ ਉਹਨਾਂ ਦੀ ਬੇਟੀ ਦਾ ਹੁਣ ਉਸਦੇ ਪਤੀ ਅਤੇ ਭਰਜਾਈ ਵੱਲੋਂ ਕਤਲ ਕਰ ਦਿੱਤਾ ਗਿਆ। ਮਾਮਲਾ ਤਰਨ ਤਾਰਨ ਤੋਂ ਸਾਹਮਣੇ ਹੈ। ਹਾਲਾਂਕਿ ਲੜਕੀ ਦੇ ਸਹੁਰਾ ਪਰਿਵਾਰ ਦਾ ਇਹ ਕਹਿਣਾ ਹੈ ਕਿ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਗੱਲਬਾਤ ਇਹ ਹੋਈ ਆ ਵੀ ਇਹ ਮੁੰਡਾ ਜਿਹੜਾ ਇਹ ਬਾਹਰ ਗਿਆ ਸੀ ਗੱਡੀ 'ਤੇ, ਅਤੇ ਥੋੜ੍ਹੇ 4-5 ਦਿਨ ਪਹਿਲਾਂ ਆਇਆ ਅਤੇ 3-4 ਦਿਨ ਦੀ ਲੈਣ ਆਇਆ ਅਤੇ 3-4 ਦਿਨਾਂ ਬਾਅਦ ਕੁੜੀ ਨੂੰ ਲੈ ਗਿਆ, ਅਤੇ ਮੁੜ ਕੇ ਉਹਦੇ ਨਾਲ ਆਪਣੀ ਭਰਜਾਈ ਨੂੰ ਲੈਣ ਗਿਆ ਅਤੇ ਕੁੜੀ ਰੱਖਦੀ ਵੀ ਭਰਜਾਈ ਨੂੰ ਕਿਉਂ ਲੈਣ ਜਾਣਾ। ਅਸਲ 'ਚ ਭਰਜਾਈ ਦੇ ਨਾਲ ਉਹ ਸੰਬੰਧ ਠੀਕ ਨਹੀਂ ਸੀ, ਅਤੇ ਭਰਜਾਈ ਕੋਲ ਗਿਆ ਅਤੇ ਉੱਥੇ ਦੀ ਨਣਾਨ ਜਿਹੜੀ ਆ, ਨਣਾਨ ਨਾਲ ਵੀ ਅੱਗੇ 1-2 ਗੱਲਾਂ ਬਾਤਾਂ ਹੋਈਆਂ, ਉਹ ਵੀ ਗਲਤ ਕਰਦੀ ਵੀ ਚੁੱਪਰ ਕੇ ਟਾਈਮ ਪਾਸ ਕਰ, ਇੱਥੇ ਉਹ ਹੋਣਾ ਨਹੀਂ ਤਾਂ ਮੁੜ ਕੇ ਪਰੇਸ਼ਾਨ ਹੋਵੇਗੀ। ਅਤੇ ਬਾਅਦ 'ਚ ਉੱਥੋਂ ਆਏ ਆ ਦੋਵੇਂ ਦੇਰ ਭਰਜਾਈ, ਅਤੇ ਸ਼ਾਮੀ ਆਣ ਕੇ ਪਤਾ ਨਹੀਂ ਕੀ ਚੱਕਰ ਬਣਿਆ, ਕੁੜੀ ਨੂੰ ਤਾਂ ਮਤਲਬ ਫਾਹ ਦਿੱਤਾ ਜੀ, ਫਾਹ ਦੇ ਕੇ ਮਾਰੀ ਆ। ਕੋਈ ਕਹਿੰਦਾ ਮੰਜੇ ਨਾਲ ਫਾਹ ਲੈ ਲਿਆ, ਕੋਈ ਕਹਿੰਦਾ ਘੁੰਮ ਕੇ ਡਿੱਗੀ ਆ, ਕੋਈ ਕਹਿੰਦਾ ਘੁੰਮ ਕੇ ਫਾਹ ਲਿਆ ਇਹਨਾਂ ਨੇ, ਕੋਈ ਕਹਿੰਦਾ ਜੀ ਇਹ ਲਮਕ ਗਈ ਆ। ਹੁਣ ਮੰਜੇ ਨਾਲ ਕਿੰਨੇ ਕੁ ਫਾਹ ਲੈ ਜਾਂਦੇ ਆ, ਫਿਰ ਨਾ ਰਾਤ ਸਾਨੂੰ ਨਹੀਂ ਦੱਸਿਆ ਅਤੇ ਰਾਤ ਪੁਲਿਸ ਨੂੰ ਵੀ ਸੱਦ ਕੇ ਅਤੇ ਮੁੰਡਾ ਆਪ ਹੀ ਮੁੰਡਾ ਫੜਾ ਘੱਤਿਆ, ਅਤੇ ਆਪੇ ਉਹ ਲਾਸ਼ ਵੀ ਲੈਂਦੀ ਆ, ਹੋਸਪਿਟਲ ਲੈਂਦੀ ਆ। ਅਤੇ ਉਹ ਸ਼ੱਕ ਭਾਅ ਜੀ ਇੱਕ ਅਤੇ ਮੁੰਡਾ ਅਤੇ ਇੱਕ ਉਹਦੀ ਭਰਜਾਈ ਆ ਜਿਹੜਾ ਘਰ ਵਾਲਾ, ਅਤੇ ਨਣਾਨ ਦਾ ਵੀ ਵਿੱਚ ਰੋਲ ਹੈਗਾ ਜੀ। ਉਹ ਵੀ ਮਤਲਬ ਅੱਗੇ ਵੀ ਕੁੜੀ ਦੱਸਦੀ ਸੀ, ਅੱਗੇ ਸਮਝਾ ਨੂੰ ਜਾ ਵੀ ਤੂੰ ਇਹ ਕੰਮ ਨਾ ਕਰ, ਇੱਥੋਂ ਤੱਕ ਉਹ ਆਉਂਦਾ ਵੀ ਬੱਚੇ ਨਹੀਂ ਪੈਦਾ ਕਰਨਾ ਕੋਈ ਵੀ, ਆਪਣੇ ਬੱਚੇ ਹੈਗੇ ਇਹ ਭਰਾ ਦੇ ਹੀ, ਅਤੇ ਭਰਾ ਜਿਹੜਾ ਬਾਹਰ ਰਹਿੰਦਾ ਦੁਬਈ 'ਚ, ਵਿਆਹ ਨੂੰ ਇਹ 1.5-2 ਸਾਲ ਹੋ ਗਏ। ਸੁਰਿੰਦਰ ਸਿੰਘ ਹੈ ਜੀ, ਉਹਦਾ ਕਰਮਜੀਤ ਕੌਰ ਹੈ ਨਾਮ। ਕਿੰਨਾ ਚਿਰ ਹੋ ਗਿਆ ਵਿਆਹ ਕੀਤਿਆਂ ਨੂੰ, ਕੁੜੀ ਦਾ ਕੀ ਨਾਮ ਸੀ, ਆਪਣੀ ਲੜਕੀ ਦਾ ਕਦੋਂ ਵਿਆਹ ਕੀਤਾ? ਅਤੇ ਕਰਮਜੀਤ ਕੌਰ ਨਾਮ ਆ, ਪਿੰਡ ਮੁਗਲ ਚੱਕ ਪੰਨੂਆਂ, ਰਾਜੇ ਵਾਲੇ ਵਿਆਹੀ ਸੀ, 1.5 ਸਾਲ ਵਿਆਹ ਨੂੰ ਹੋਇਆ ਜੀ। ਇਹਨਾਂ ਦੇ ਆਸ ਵਿੱਚ ਦਿੱਕਤਦਾਰੀ ਰਹਿੰਦੀ ਸੀ, ਲੜਨ ਪਿੰਡ ਨਾਲੀ ਜਾਂ ਕਿੱਦਾਂ ਵਾ, ਭਰਜਾਈ ਨਾ ਥੋੜ੍ਹਾ ਠੀਕ ਨਹੀਂ ਹੈਗਾ ਇਹ ਵਾਲਾ, ਅਤੇ ਉਹ ਇਸ ਗੱਲ ਤੋਂ ਥੋੜ੍ਹਾ ਡੱਕਦੀ ਸੀ ਇਹਨਾਂ ਨੂੰ, ਅਤੇ ਉਹਨੂੰ ਲੈਣ ਜਾਣਾ ਸੀ, ਜੋ ਲੈਣ ਗਏ ਆ ਅਤੇ ਇਹਨੇ ਮਨ੍ਹਾ ਕੀਤਾ ਵਾ, ਅਤੇ ਉਹ ਮਨ੍ਹਾ ਕਰਨ ਦੇ ਬਾਵਜੂਦ ਵੀ ਗਿਆ ਲੈਣ। ਜਦੋਂ ਉੱਥੋਂ ਲੈ ਕੇ ਆਇਆ ਵਾ, ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲ ਬਣੀ ਆਪਸ ਵਿੱਚ, ਸਾਨੂੰ ਇਹ ਗੱਲ ਬਾਰੇ ਪਤਾ ਨਹੀਂ। ਇਹਨਾਂ ਨੇ ਸਾਨੂੰ ਸਵੇਰੇ ਦੱਸਿਆ ਜੀ, ਮੈਂਬਰ ਦੇ ਕੋਲੋਂ ਫੋਨ ਆਇਆ ਵਾ, 2:30-3 ਵਜੇ ਦੇ ਲਾਗੇ ਫੋਨ ਆਇਆ ਆਣ ਕੇ। ਉਸ ਤੋਂ ਪਹਿਲਾਂ ਜਿਹੜੀ ਵੀ ਕਾਰਵਾਈ ਕੀਤੀ ਇਹਨਾਂ ਨੇ ਆਪਣੇ ਆਪ ਹੀ ਕਰਦੇ ਰਹੇ ਆ, ਆਪੇ ਇਹਨਾਂ ਲਾਈ ਹੈ ਕੁੜੀ, ਆਪੇ ਇਹਨਾਂ ਜੋ ਵੀ ਕੀਤਾ ਵਾ, ਥਾਣੇ ਵੀ ਲੈ ਆਉਂਦੀ ਆ, ਸਾਨੂੰ ਕੋਈ ਗੱਲਬਾਤ ਬਾਰੇ ਨਹੀਂ ਇਹਨਾਂ ਪਤਾ ਲੱਗਣ। ਤੁਹਾਨੂੰ ਕੀ ਲੱਗਦਾ ਕਤਲ ਕੀਤਾ? ਹਾਂਜੀ, ਕਤਲ ਹੋਇਆ ਜੀ ਕੁੜੀ ਦਾ, ਅਸੀਂ ਦੇਖ ਕੇ ਆਏ ਹਾਂ ਜਾ ਕੇ, ਅਤੇ ਉਹਦਾ ਕਤਲ ਹੋਇਆ ਕੁੜੀ ਦਾ। ਕੰਪਲੇਂਟ ਸਾਨੂੰ ਆਈ ਸੀ ਇਹਨਾਂ ਦੀ, ਵੀ ਆਹ ਗੱਲ ਹੋ ਗਈ ਵੀ ਉਹਨਾਂ ਨੇ ਸ਼ੂ ਸ਼ੂਟ ਕਰ ਲਿਆ ਵਾ, ਉਹ ਮੈਂ ਮੌਕੇ 'ਤੇ ਗਿਆ ਸੀ ਮੈਂ, ਔਰ ਉੱਥੋਂ ਮੈਂ ਸਾਰਾ ਵੇਖ ਕੇ ਲਾਸ਼ ਜਿਹੜੀ ਆ ਉਹ ਕਬਜ਼ੇ ਕਰਤੀ, ਉਸ ਤੋਂ ਬਾਅਦ ਹੋਸਪਿਟਲ ਜਿਹੜੀ ਆ ਉਹ ਜਮ੍ਹਾਂ ਕਰਵਾਈ ਗਈ ਆ, ਉਹ ਜੋ ਰਿਕਵਰੀ ਬਣਦੀ ਆ ਉਹ ਕੀਤੀ ਜਾਊਗੀ।